नशे तस्करी दे लड़कियां दी तस्करी दे आरोप लग रहे ने। शिवसेना हिंदे शाह शर्मा दी देख रहे लेडीज किवें रो रही है सड़क ते। सिद्धियां तस्वीरां किसानों को कोई इंसाफ नहीं मिलना तो मुझसे आके मिली मांगा था शांत तक मिलना कहता कोई सुनवाई नहीं होनी किसी के साढ़े पच्चीस पच्चीस सुसाइड कर लगे ने ऐसी क्या था प्रशासन जिम्मेवार रहेगा ईशान जी का महिला का कहना है कि साढ़े बच्चे सुसाइड कर लगे आना जिम्मेवार प्रशासन होगा। शांति सारे यार इधर हो जो ज्योति भाई भाई इधर हो जो जलंधर दी थाने छे दी पुल मुंह दर्शक ने भज गए ने सारे सारे कुछ नहीं मिल पाता सानू कोई इंसाफ नहीं मिला थे उनसे मिली पत्र दे पवित्र धंधे दे के ਤੇ ਗੱਡੀ ਦੇ ਕੋਲ ਖੜੇ ਸੀ ਉਸ ਤੋਂ ਬਾਅਦ ਉੱਥੋਂ ਗੱਡੀ 'ਚੋਂ ਉਤਰ ਕੇ ਦੂਸਰੇ ਮੋਟਰਸਾਈਕਲ ਤੇ ਬਹਿ ਕੇ ਚੱਲ ਜਾਂਦੇ ਨੇ। ਹਾਂਜੀ ਹਾਂਜੀ ਅਗਰ ਉਹ ਸੱਚਾ ਤਾਂ ਤੂੰ ਸਾਹਮਣੇ ਕਿਉਂ ਨਹੀਂ ਆਇਆ ਸੱਚਾ ਤਾਂ ਤੂੰ ਸਾਹਮਣੇ ਕਿਉਂ ਨਹੀਂ ਆ ਸੱਚਾ ਸਾਹਮਣੇ ਛਿੱਕ ਕੇ ਭਾਣਾ ਕੀ। ਹਾਂਜੀ ਨਿਸ਼ਾਨ ਜੀ ਜੋ ਅੱਜ ਤੁਹਾਡੇ ਤੇ ਰੋਬ ਲੱਗ ਰਹੇ ਨੇ ਤੇ ਤੋ ਇੱਕ ਤੋਂ ਤੁਸੀਂ ਥਾਣੇ 'ਚੋਂ ਬਾਹਰ ਨਿਕਲਦੇ ਤੁਹਾਡੀ ਗੱਡੀ ਦੇ ਅੱਗੇ ਕਿਹੜੇ ਰੋਕ ਲਗਾਈ ਜਾਂਦੀ ਆ? ਦੇਖੋ ਜਿਹੜੇ ਰੋਕ ਲੱਗ ਰਹੇ ਆ ਪੁਲਿਸ ਪ੍ਰਸ਼ਾਸਨ ਜਿਹੜਾ ਆ ਮਾਨਯੋਗ ਸਾਡੇ ਪੁਲਿਸ ਕਮਿਸ਼ਨਰ ਜਲੰਧਰ ਸਿੱਕੀ ਸਾਹਿਬ ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਕਿ ਜੇ ਜਿਹੜੇ ਆਰੋਪ ਹੈ ਸਾਡੇ 'ਤੇ ਲਗਾਏ ਜਾ ਰਹੇ ਉਹ ਬਿਲਕੁਲ ਬੇਬੁਨਿਆਦ ਅਤੇ ਝੂਠੇ ਆਰੋਪ ਆ। ਇਹਨਾਂ ਆਰੋਪਾਂ ਦਾ ਕੋਈ ਵੀ ਜਿਹੜਾ ਆਪਾਂ ਕਹਿੰਦੇ ਹਾਂ ਵੀ ਕੋਈ ਵਜੂਦ ਨਹੀਂ ਹੈਗਾ ਜਾਣ ਬੁੱਝ ਕੇ ਕਿਸੇ ਨੂੰ ਪੈਸੇ ਲੈਣ ਖਾਤਰ, ਕਿਉਂਕਿ ਕਈ ਪੁਲਿਸ ਮੁਲਾਜ਼ਮ ਜਿਹੜੇ ਜਲੰਧਰ ਸ਼ਹਿਰ ਦੀ ਕਮਿਸ਼ਨਰੇਟ ਪੁਲਿਸ ਦੇ ਵਿੱਚ ਲੱਗੇ ਹੋਏ ਤਨਾਤ ਨੇ ਉਹਨਾਂ ਨੂੰ ਇਹ ਲੇਡੀ ਬਲੈਕਮੇਲ ਕਰ ਚੁੱਕੀ ਹੈ, ਕਈਆਂ ਦੀਆਂ ਹਾਈ ਕੋਰਟ ਰਿਟਾਂ ਪਾ ਚੁੱਕੀ ਹੈ। ਠੀਕ ਹੈ, ਔਰ ਮੈਂ ਉਹ ਨਾਮ ਤੁਹਾਨੂੰ ਸਾਰੇ ਪ੍ਰੈਸ ਦੇ ਮਾਧਿਅਮ ਰਾਹੀਂ ਦੱਸੂੰਗਾ। ਅਦਰਵਾਈਜ਼ ਮੇਰਾ ਇਸ ਲੇਡੀ ਨਾਲ ਕੋਈ ਰੋਲ ਨਹੀਂ ਗਾ, ਜਾਣ ਬੁੱਝ ਕੇ ਮੇਰੀ ਛਵੀ ਨੂੰ ਖਰਾਬ ਕਰਨ ਲਈ ਇਹ ਸਾਰਾ ਕੁਛ ਕੀਤਾ ਗਿਆ, ਕਿਉਂਕਿ ਅਗਰ ਜੇ ਮੈਂ ਕੁਛ ਗਲਤ ਕੀਤਾ ਹੁੰਦਾ ਜਾਂ ਮੈਂ ਕੁਛ ਇੱਦਾਂ ਦਾ ਕ੍ਰਾਈਮ ਕੀਤਾ ਹੁੰਦਾ ਤਾਂ ਪੁਲਿਸ ਨੇ ਮੇਰੇ ਖਿਲਾਫ਼ ਕਾਰਵਾਈ ਕਰਨੀ ਸੀ। ਪਰ ਸਾਨੂੰ ਪੁਲਿਸ ਪ੍ਰਸ਼ਾਸਨ 'ਤੇ ਪੂਰਾ ਵਿਸ਼ਵਾਸ ਆ, ਸਾਡੇ ਜਿਹੜੇ ਅਫਸਰ ਲੱਗੇ ਹੋਏ ਆ ਉਹ ਸਾਰੇ ਸੂਝਵਾਨ ਅਫਸਰ ਆ, ਉਹਨਾਂ ਨੂੰ ਪਤਾ ਕਿ ਇਸ ਲੇਡੀ ਜਿਹੜੀ ਆ ਇਹਦੀ ਬੈਕਗ੍ਰਾਊਂਡ ਕੀ ਆ, ਕਿਉਂਕਿ ਇਹ ਲੇਡੀ ਇੱਕ 80 ਸਾਲ ਦੇ ਬਜ਼ੁਰਗ ਦੇ ਉੱਤੇ ਪਰਚਾ ਕਰਾ ਚੁੱਕੀ ਆ ਔਰ ਉਹ 80 ਸਾਲ ਦੇ ਬਜ਼ੁਰਗ ਦੇ ਪਰਚਾ ਕਰਾ ਕੇ ਉਹ ਤੋਂ 10 ਤੋਂ 15 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਕਈ ਪੁਲਿਸ ਮੁਲਾਜ਼ਮਾਂ ਨੂੰ ਇਹ ਬਲੈਕਮੇਲ ਕਰ ਚੁੱਕੀ ਹੈ ਜਿਹਦੀ ਲਿਸਟ ਮੈਂ ਤੁਹਾਨੂੰ ਦੇ ਰਿਹਾ ਸਾਰੀ। ਅਦਰਵਾਈਜ਼ ਸਾਡਾ ਇਹਦੇ ਨਾਲ ਨਾ ਕੋਈ ਲੈਣ ਦੇਣਾ ਨਾ ਕੋਈ ਰੋਲ ਆ। ਠੀਕ ਹੈ, ਇਹ ਲੇਡੀ ਸਾਡੇ 'ਤੇ ਜੋ ਵੀ ਐਲੀਗੇਸ਼ਨ ਲਾ ਰਹੀ ਹੈ ਕਿ ਮੈਂ ਕਿਸੇ ਸਪਾ ਪਾਰਲਰ ਜਾਂ ਕਿਤੇ ਵੀ, ਉਹ ਜਿਹੜਾ ਮਾਲਕ ਆ ਉਹ ਮਾਲਕ ਕਹਿੰਦਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ, ਉਹ ਫਿਰ ਜੇ ਮਾਲਕ ਕਹਿੰਦਾ ਮੈਂ ਜਾਣਦਾ ਨਹੀਂ ਤਾਂ ਤੁਸੀਂ ਕਿਸੇ ਦੇ ਰੋਕ, ਕਿਉਂਕਿ ਇਹ ਨਾ ਇਹ ਜਿਹੜੀ ਪਿੱਛੇ ਸ਼ਰਾਰਤੀ ਜਿਹੜੇ ਅਨਸਰ ਜਿਹੜੇ ਪਿੱਛੇ ਚੱਲੇ ਹੋਏ ਆ, ਜਿਹੜੇ ਸ਼ਰਾਰਤੀ ਅਨਸਰ ਪਿੱਛੇ ਚੱਲੇ ਹੋਏ ਆ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਇੱਦਾਂ ਦਾ ਕੰਮ ਨਾ ਕਰੋ ਅਤੇ ਇਹ ਚੀਜ਼ਾਂ ਤੁਹਾਡੇ ਲਈ ਚੰਗੀਆਂ ਨਹੀਂ, ਕਿਉਂਕਿ ਅਸੀਂ ਇੱਕ ਧਾਰਮਿਕ ਸੰਗਠਨ ਚਲਾਉਂਦੇ ਹਾਂ ਤਾਂ ਹਮੇਸ਼ਾ ਜਿੱਥੇ ਵੀ ਕਿਤੇ ਧਰਮ ਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਖੜੇ ਹੋ। ਨਿਸ਼ਾਨ ਜੀ, ਕਿਤੋਂ ਡਿਪਟੀ ਸਾਹਿਬ ਦਾ ਕਹਿਣਾ ਹੈ, ਕਿਤੋਂ ਅਸੀਂ ਪੁੱਛਿਆ ਉਹਨਾਂ ਨੇ ਉਹਨਾਂ ਦਾ ਕਹਿਣਾ ਲੇਡੀਜ਼ ਵੱਲੋਂ ਕੰਪਲੇਂਟ ਆਈ ਸੀ ਅਸੀਂ ਕਿਹੜੇ ਗਲਤ ਸ਼ਬਦ ਬੋਲੇ ਨੇ। ਦੇਖੋ, ਜਿਹੜੀ ਗੱਲ ਹੋਈ ਆ ਮੀਡੀਆ ਦੇ ਵਿੱਚ ਹੋਈ ਆ, ਜਿਹੜੀ ਗੱਲ ਹੋਈ ਆ ਪੁਲਿਸ ਦੇ ਚੌਂਕੀ ਦੇ ਵਿੱਚ ਹੋਈ ਆ, ਗੱਲ ਕੋਈ ਗਲਤ ਨਹੀਂ ਹੋਈ। ਉਹ ਮੈਨੂੰ ਬਹੁਤ ਜ਼ਿਆਦਾ ਰੂਡਲੀ ਬੋਲ ਰਹੀ ਸੀ, ਮੈਂ ਉਹਨੂੰ ਸਿਰਫ ਇੰਨੀ ਗੱਲ ਜ਼ਰੂਰ ਕਹੀ ਆ, ਮੈਂ ਕਿਹਾ ਵੀ ਤੂੰ ਆਰਾਮ ਨਾਲ ਗੱਲ ਕਰ, ਮੈਂ ਵੀ ਆਰਾਮ ਨਾਲ ਗੱਲ ਕਰ ਰਿਹਾ, ਤੂੰ ਵੀ ਆਰਾਮ ਨਾਲ। ਮੇਰਾ ਤਾਂ ਇਸ ਮੈਟਰ ਦੇ ਵਿੱਚ ਕੋਈ ਰੋਲ ਹੀ ਨਹੀਂ, ਐਕਟਰਲੈਸ ਬੋਲਿਆ ਗਿਆ ਤੁਹਾਡੇ ਵੱਲੋਂ? ਨਹੀਂ, ਮੈਂ ਕੋਈ ਨਹੀਂ, ਉਹਨਾਂ ਵੱਲੋਂ ਆਰੋਪ ਲਗਾ ਗਏ, ਪਰ ਉਹ ਚੌਂਕੀ ਦੇ ਵਿੱਚ ਕੈਮਰੇ ਲੱਗੇ ਨੇ, ਤੁਸੀਂ ਉਹਨਾਂ ਨੂੰ ਇੱਥੇ ਕਢਾ ਲਓ ਕਿ ਮੈਂ ਕਿਉਂ ਕਿਸੇ ਨੂੰ। ਇੱਕ ਉਹਨਾਂ ਦਾ ਕਹਿਣਾ ਵੀ ਜੋ ਹੈ ਤੁਹਾਡੇ ਕਿਤੋਂ ਤੁਸੀਂ ਥਾਣੇ ਜਾਂਦੇ ਹੋ, ਤੁਹਾਡੇ ਕੋਲ ਪੁੱਛ ਪਛਾਈ ਕੀਤੀ, ਉਸ ਤੋਂ ਬਾਅਦ ਕਿਤੋਂ ਤੁਸੀਂ ਥਾਣੇ ਤੋਂ ਬਾਹਰ ਨਿਕਲਦੇ, ਤੁਹਾਡੀ ਗੱਡੀ ਦਾ ਵੀ ਕੰਮ ਕਰਦੇ ਹੋ ਕਿ? ਭਾਜੀ, ਕੋਈ ਇੱਦਾਂ ਦੀ ਗੱਲ ਨਹੀਂ। ਦੇਖੋ, ਮੇਰੀ ਛਵੀ ਜਿਹੜੀ ਆ ਉਹ ਤੁਸੀਂ ਮੇਰੇ ਜਿਹੜਾ ਇਲਾਕਾ ਏਰੀਆ ਆ, ਅੱਜ ਤੱਕ ਇੱਕ ਕੰਪਲੇਂਟ ਤੱਕ ਨਹੀਂ ਮੇਰੇ ਖਿਲਾਫ ਹੈ, ਇੱਕ ਕੰਪਲੇਂਟ। ਮੇਰਾ ਆਪਣਾ ਟੈਕਸੀਆਂ ਦਾ ਬਿਜ਼ਨਸ ਆ, ਮੇਰਾ ਰਿਕਵਰੀਆਂ ਦਾ ਕੰਮ ਆ,
ਮਤਲਬ ਆਪਾਂ ਕਿਸੇ ਦੀ ਛਵੀ ਨੂੰ ਖਰਾਬ ਕਰਨ ਲਈ ਕੋਈ ਜਿਹੜੇ ਹੋਰ ਸ਼ਹਿਰ ਦੇ ਸੰਗਠਨ ਆ ਜਿਹੜੇ ਉਹ ਕੰਮ ਆਪ ਕਰਦੇ ਆ ਉਹ ਦੂਜੇ ਨੂੰ ਉਸ ਕੰਮ ਦੇ ਵਿੱਚ ਇਨਵੋਲਵ ਮੈਂ ਬੜੀ ਜਲਦੀ ਬੇਨਕਾਬ ਕਰੂੰਗਾ। ਉਹਨੇ ਇਹ ਵੀ ਕਿਹਾ ਕਿ ਇਸ਼ਾਂਤ ਸ਼ਰਮਾ ਨਸ਼ੇ ਦਾ ਕਾਰੋਬਾਰ ਵੀ ਕਰਦਾ। ਹਾਂਜੀ ਮੈਂ ਕਹਿੰਦਾ ਜੇ ਮੈਂ ਨਸ਼ੇ ਦਾ ਕਾਰੋਬਾਰ ਕਰਦਾ ਤਾਂ ਪੁਲਿਸ ਜਿਹੜੀ ਆ ਉਹਦੀ ਤਫਤੀਸ਼ ਕਰ ਲਵੇ, ਜੇ ਪੁਲਿਸ ਤਫਤੀਸ਼ ਕਰ ਲਏ ਪੁਲਿਸ ਨੂੰ ਲੱਗਦਾ ਕਿ ਮੈਂ ਕੋਈ ਨਸ਼ੇ ਦਾ ਕੰਮ ਕਰਦਾ ਤਾਂ ਮੇਰੇ 'ਤੇ ਪਰਚਾ ਦੇ ਦੇਵੇ। ਕਿ ਹੁਣ ਅੱਜ ਮੈਂ ਨਸ਼ੇ ਦਾ ਕਾਰੋਬਾਰ ਕਰਦਾ ਹੋਵਾਂ ਭਾਜੀ, ਪੁਲਿਸ ਦੇ ਐਡੇ ਸੈੱਲ ਚੱਲਦੇ, ਐਡਾ ਸਿਸਟਮ ਆ, ਤਾਂ ਮੇਰੇ 'ਤੇ ਪਰਚਾ ਦੇ ਦੇਣ। ਅੱਜ ਕਦੋਂ ਤੁਸੀਂ ਥਾਣੇ ਗਏ, ਉਸ ਤੋਂ ਬਾਅਦ ਕੀ ਗੱਲ ਕੀ ਹੋਈ, ਕਿਹੜਾ ਇੰਨਾ ਵੱਡਾ ਹੰਗਾਮਾ? ਮੈਂ ਜੀ ਥਾਣੇ ਗਿਆ ਸੀਗਾ, ਥਾਣੇ ਦੇ ਵਿੱਚ ਮੈਨੂੰ ਜਦੋਂ ਪਤਾ ਲੱਗਾ ਕਿ ਆਹ ਚੀਜ਼ ਇੱਦਾਂ ਮੈਟਰ ਆ, ਠੀਕ ਆ, ਉਹ ਮੈਟਰ ਸਾਰਾ ਜਦੋਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਕਿ ਲੇਡੀਜ਼ ਜਿਹੜੀ ਆ, ਲੇਡੀਜ਼ ਦਾ ਜਿਹੜੀ ਬੈਕਗਰਾਉਂਡ ਆ ਉਹ ਬਹੁਤ ਹੀ ਗਲਤ ਆ, ਕਿਉਂਕਿ ਲੇਡੀਜ਼ ਜਿਹੜੇ ਨੇ ਕਾਫੀ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਐਸ ਐਚ ਓ ਲੈਵਲ ਦੇ ਜਿਹੜੇ ਅਫਸਰ ਆ, ਮੈਂ ਉਹਨਾਂ ਦਾ ਨਾਂ ਨਹੀਂ ਲਊਗਾ, ਉਹਨਾਂ ਦੇ ਖਿਲਾਫ਼ ਹਾਈ ਕੋਰਟ ਰਿਟਾਂ ਤੱਕ ਪਾਈਆਂ ਹੋਈਆਂ। ਕੀ ਤੁਹਾਡੇ ਵੱਲੋਂ ਜੋ ਅੱਜ ਤੁਹਾਡੀ ਛਵੀ ਨੂੰ ਖਰਾਬ ਕਰਨ ਲਈ ਕੀ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਏਗਾ, ਇਸ ਬਾਰੇ ਤੁਸੀਂ ਅਫਸਰ ਨਾਲ ਗੱਲ? ਦੇਖੋ ਮੈਂ ਸੀਨੀਅਰ ਅਫਸਰਾਂ ਦੇ ਧਿਆਨ ਸਾਰਾ ਕੁਝ ਲਿਆ ਤਾ ਔਰ ਮੈਂ ਬਹੁਤ ਜਲਦ ਇਸ ਮੈਟਰ ਦੇ ਵਿੱਚ ਹਾਈ ਕੋਰਟ ਦਾ ਰੁਖ ਕਰੂੰਗਾ ਕਿ ਜੇ ਮੇਰੀ ਛਵੀ ਨੂੰ ਕੋਈ ਵੀ ਖਰਾਬ ਕਰਨ ਲਈ ਕੋਈ ਵੀ ਇਹੋ ਜਿਹਾ ਕੰਮ ਕਰੇਗਾ ਤਾਂ ਅਸੀਂ ਦੂਜ ਛੱਡਣ ਵਾਲੇ ਨਹੀਂ, ਜੇ ਕੋਈ ਪਹਿਲ ਕਰਦਾ ਤਾਂ ਦੂਜ ਅਸੀਂ ਛੱਡਾਂਗੇ ਨਹੀਂ, ਸਾਨੂੰ ਜਵਾਬ ਦੇਣਾ। ਅੱਜ ਸਰ ਕੀ ਮਾਮਲਾ ਕੀ ਹੈ, ਕਿਹੜੇ ਨਿਸ਼ਾਨ ਸ਼ਰਮਾ ਨੂੰ ਤੁਸੀਂ ਇੱਥੇ ਲਿਆਏ ਗਏ ਸੀ ਅਤੇ ਉਸ ਤੋਂ ਬਾਅਦ ਕਿਹੜਾ? ਇੱਕ ਲੇਡੀ ਹੈ ਚੰਨੀ ਨਾਮ ਦੀ, ਉਹਨੇ ਕੰਪਲੇਂਟ ਦਿੱਤੀ ਸੀ ਬੱਸ ਸਟੈਂਡ ਚੌਂਕੀ ਵੀ ਮੈਂ ਕਿਸੇ ਹੋਰ ਲੇਡੀ ਦੀ ਸਪੋਰਟ 'ਤੇ ਕੋਈ ਸਪਾਸਪੂ ਵਾਲੇ ਦੇ ਗਈ ਤਾਂ ਮੈਨੂੰ ਇਹਨੇ ਮਾੜੇ ਚੰਗੇ ਲਫ਼ਜ਼ ਬੋਲੇ ਅਤੇ ਮੇਰੀ ਬੇਇੱਜ਼ਤੀ ਕੀਤੀ। ਉਹਦੇ ਰਿਗਾਰਡਿੰਗ ਇਹਨੂੰ ਬੁਲਾਇਆ ਸੀ ਅੱਜ, ਕੋਈ ਇਹਨੂੰ ਚੱਕ ਕੇ ਨਹੀਂ ਲਿਆਉਂਦਾ ਕੋਈ ਕੁਛ ਨਹੀਂ, ਉਹਦੇ ਲਈ ਬੁਲਾਇਆ ਸੀ। ਤਾਂ ਉਹ ਜਿਹੜੀ ਲੇਡੀ ਹੈ ਉਹਨੇ ਮੇਰੇ ਮੁਤਾਬਕ ਉਹਨੇ ਪੱਤਰਕਾਰ ਸਾਰੇ ਮੀਡੀਆ ਨੂੰ ਫੋਨ ਕਰਕੇ ਗੁੰਮਰਾਹ ਕੀਤਾ ਵੀ ਇਹਨੂੰ ਲਿਆਉਂਦਾ ਚੱਕ ਕੇ ਜਾ ਜੇ ਉਹ, ਅਦਰਵਾਈਜ਼ ਇਹੋ ਜਿਹੀ ਕੋਈ ਗੱਲ ਨਹੀਂ ਸੀ। ਉਹ ਦਰਖਾਸਤ ਦੇ ਰਿਗਾਰਡਿੰਗ ਬੁਲਾਇਆ ਸੀ ਵੈਰੀਫਾਈ ਕਰਨ ਲਈ, ਉਦੋਂ ਬਾਅਦ ਉਹਨੂੰ ਕੀ ਹੁਣ ਕਦੋਂ ਤੁਸੀਂ ਬੁਲਾਇਆ ਗਿਆ, ਤੁਸੀਂ ਗੱਲਬਾਤ ਕੀਤੀ ਕਿ ਉਹਨਾਂ ਦੇ ਵੈਰੀਫਾਈ ਦੇ ਵਿੱਚ ਨਿਕਲਿਆ? ਨਹੀਂ ਮੈਂ ਹਜੇ ਬੱਸ ਸਟੈਂਡ ਇੰਚਾਰਜ ਨੂੰ ਪੁੱਛਣਾ, ਮੇਰੇ ਆਉਣ ਤੋਂ ਪਹਿਲਾਂ ਉਹ ਜਾ ਚੁੱਕੇ। ਕਿਹੜੇ ਉਹਨਾਂ ਦਾ ਆਰੋਪ ਹੈ ਕਦੋਂ ਨਿਸ਼ਾਨ ਸ਼ਰਮਾ ਇੱਥੋਂ ਜਾਂਦੇ ਨੇ ਅਤੇ ਉਹਨਾਂ ਦੀ ਗੱਡੀ ਦੇ ਅੱਗੇ ਵੀ ਬਹਿ ਜਾਂਦੇ ਨੇ, ਕਹਿੰਦੇ ਇਨਸਾਫ਼ ਸਾਨੂੰ ਨਹੀਂ ਮਿਲ ਰਿਹਾ ਪੁਲਿਸ ਵੱਲੋਂ, ਕਿਹੜਾ ਉਹਨਾਂ ਦੇ ਸਾਨੂੰ ਜੋ ਪੁਲਿਸ ਨੂੰ ਅਸੀਂ ਕਿਹਾ ਸੀ ਉਸ 'ਤੇ ਪੁਲਿਸ ਨਹੀਂ ਕਰ ਰਹੀ ਹੈਗੀ, ਕਿਹੜੇ ਨਿਸ਼ਾਨ ਸ਼ਰਮਾ? ਉਹ ਮੈਂ ਵੈਰੀਫਾਈ ਕਰ ਲੈਂਦਾ ਉਹਨੇ, ਕਿਉਂਕਿ ਮੈਂ ਕੰਪਲੇਂਟ ਪੜ੍ਹੀ ਹੈ ਜੀ ਉਹਦੇ 'ਚ, ਨਿਸ਼ਾਨ ਸ਼ਰਮੇ ਦੇ ਖਿਲਾਫ਼ ਸਿਰਫ ਉਹਦਾ ਇਹ ਬਲੇਮ ਹੈ ਵੀ ਮੇਰੀ ਇਹਨੇ ਬੇਇੱਜ਼ਤੀ ਕੀਤੀ, ਮੇਰੇ ਨਾਲ ਬਦਕਲਾਮੀ ਕੀਤੀ, ਬੜਾ ਚੰਗਾ ਬੋਲਿਆ। ਇਸ ਤੋਂ ਇਲਾਵਾ ਉਹਨਾਂ ਦਾ ਇਹ ਕਹਿਣਾ ਜਦੋਂ ਪੁਲਿਸ ਨੇ ਸਪਾਸ ਸੈਂਟਰ ਦੇ ਉੱਤੇ ਰੇਡ ਕੀਤੀ ਸੀ, ਚੈਕਿੰਗ ਕੀਤੀ ਸੀ, ਉੱਥੋਂ ਅਸ਼ਲੀਲ ਜਿਹੜੀਆਂ ਗੰਦੀਆਂ ਚੀਜ਼ਾਂ ਵੀ ਬਰਾਮਦ ਹੋਈਆਂ ਸੀ। ਹੁਣ ਇਹਦੇ ਬਾਰੇ ਇਹ ਹੈ ਵੀ ਉਹ ਪੁਲਿਸ ਨੂੰ ਲੈ ਕੇ ਤਾਂ ਗਈ ਨਹੀਂ ਸੀ ਰੇਡ 'ਤੇ, ਉਹ ਮੀਡੀਆ ਨੂੰ ਲੈ ਕੇ। ਨਹੀਂ ਸਰ, ਪੁਲਿਸ ਵੀ ਮੌਕੇ 'ਤੇ ਸੀ ਸਰ, ਪੁਲਿਸ ਮੌਕੇ 'ਤੇ ਗਈ ਹੈ, ਬੱਸ ਸਟੈਂਡ ਇੰਚਾਰਜ ਦੇ ਮੁਤਾਬਕ ਸਾਰੀ ਸਰਚ ਕੀਤੀ ਹੈ, ਕੋਈ ਵੀ ਓਬਜੈਕਸ਼ਨਬਲ ਚੀਜ਼ ਨਹੀਂ। ਸਰ ਕਦੋਂ ਵੀਡੀਓ ਵੀ ਹੈਗੀ ਹੈ ਚੱਲ ਰਹੀ ਹੈ, ਵੀਡੀਓ ਦੇ ਵਿੱਚ ਏ ਐੱਸ ਆਈ ਸਾਹਿਬ ਤੁਹਾਡੇ ਚੌਂਕੀ ਇੰਚਾਰਜ ਸਾਹਿਬ ਕਿਹੜੇ ਮੌਕੇ 'ਤੇ ਜਾਂਦੇ ਨੇ, ਉਹ ਸਮਾਨ ਵੀ ਉਹਨਾਂ ਕੋਲੋਂ ਮਿਲਿਆ ਹੁੰਦਾ ਵਾ ਅਤੇ ਹੁਣ ਉਹ ਕਹਿ ਰਹੇ ਨੇ ਕੁਛ ਬਰਾਮਦ ਵੀ ਕਰਦੇ ਨੇ ਸਮਾਨ, ਕੋਈ ਜ਼ਰੂਰੀ ਕਿਹੜੇ ਪਤੀ ਜਨ ਚੀਜ਼ਾਂ। ਮੈਨੂੰ ਉਹਨਾਂ ਨੇ ਜੋ ਦੱਸਿਆ ਵੀ ਕੋਈ ਓਬਜੈਕਸ਼ਨਬਲ ਚੀਜ਼ ਨਹੀਂ ਮਿਲੀ, ਬਾਕੀ ਫਿਰ ਵੀ ਮੈਂ ਉਹਨੂੰ ਵੈਰੀਫਾਈ ਕਰ ਲੈਂਦਾ, ਜੇ ਕੋਈ ਇੱਦਾਂ ਦੀ ਗੱਲ ਹੋਊਗੀ ਤਾਂ ਜੋ ਲੀਗਲ ਹੋਊਗਾ ਉਹ ਅਸੀਂ ਕਰਾਂਗੇ। ਕੀ ਹੁਣ ਸਪਾ ਸੈਂਟਰਾਂ 'ਤੇ ਤੁਹਾਡੇ ਵੱਲੋਂ ਕਾਰਵਾਈਆਂ ਕੀਤੀਆਂ ਜਾਣ? ਬਿਲਕੁਲ ਕੀਤੀਆਂ ਜਾਣਗੀਆਂ ਜੀ, ਪਰਸੋਂ ਮੈਂ ਖੁਦ PPR ਮਾਲ 'ਚ ਕੀਤਾ ਰੇਡ, ਅੱਜ ਵੀ ਅਸੀਂ ਇੱਕ ਜਗ੍ਹਾ ਰੇਡ ਕੀਤਾ, ਤਾਂ ਮਤਲਬ ਕੋਈ ਵੀ ਗਲਤ ਕੰਮ ਨਹੀਂ ਹੋਣ ਦਿਆਂਗੇ। ਇਸ਼ਾਂਤ ਸ਼ਰਮਾ ਦਾ ਫਿਲਹਾਲ ਕੇਸ ਦਾ ਸਟੇਟਸ ਕੀ ਹੈ? ਉਹ ਮੈਨੂੰ ਪਤਾ ਨਹੀਂ, ਮੈਨੂੰ ਜੋ ਮੈਂ ਆਇਆ ਮੇਰੇ ਆਉਣ ਤੋਂ ਪਹਿਲਾਂ ਉਹ ਜਾ ਚੁੱਕਿਆ ਸੀਗਾ। ਠੀਕ ਹੈ, ਰਾਜੀਨਾਮਾ ਹੋ ਗਿਆ, ਅੰਡਰ ਇਨਵੈਸਟੀਗੇਸ਼ਨ ਹੈ? ਅੰਡਰ ਇਨਵੈਸਟੀਗੇਸ਼ਨ ਹੀ ਹੈ ਜੀ, ਰਾਜੀਨਾਮੇ ਦੀ ਮੈਨੂੰ ਕੋਈ ਨੌਲੇਜ ਨਹੀਂ ਹੈ। ਠੀਕ ਹੈ।